ਆਪਣੀ ਬਾਤ ਸੁਣ। ਮੈਂ ਨਹੀਂ ਸੁਣਨੀ ਤੇਰੀ ਗੱਲ, ਆਪਣੀ ਰਾਨ ਦੀ ਸੁਣ। ਕਹਿੰਦੀ ਹੈ ਤੇਰੀ ਭੈਣ ਨੂੰ ਪਾਗਲਖਾਨੇ ਜਮਾ ਕਰਾਣਾ ਹੈ, ਨਵਾਂ ਪਲਾਨ ਹੀ ਆਦਾ। ਮੇਰਾ ਵੋ ਮਤਲਬ ਨਹੀਂ ਥਾ, ਯੂ ਅੰਡਰਸਟੈਂਡ ਨਾ, ਮੈਂ ਸੈਕਿੰਡ ਫੇਸ ਦੀ ਬਾਤ ਕਰ ਰਹੀ ਸੀ, ਬਸ ਦੈਟਸ ਇਟ। ਅਭੀ ਤੁਮ ਉੱਪਰ ਜਾਓ। ਯਾਰ ਮੈਂ ਕਹਿ ਰਹਾ ਹਾਂ ਨਾ, ਤੁਮ ਉੱਪਰ ਜਾਓ। ਮੁਝ ਪਰ ਕਿਉਂ ਚੀਖ ਰਹੇ ਹੋ? ਮੈਨੇ ਕੋਈ ਗਲਤ ਬਾਤ ਨਹੀਂ ਕੀ ਹੈ। ਯੂ ਨੀਡ ਅ ਸਾਈਕੈਟ੍ਰਿਸਟ ਟੂ। ਅਮੀ ਬਤਾਏ ਸੇ, ਮੇਰਾ ਬਾਪ ਜੈਸਾ ਭਾਈ ਜ਼ਿੰਦਾ ਹੈ, ਮੇਰੀ ਮਾਂ ਜ਼ਿੰਦਾ ਹੈ, ਤੁਹਾਡੀ ਤਰ੍ਹਾਂ ਯਤੀਮ ਮਸਕੀਨ ਨਹੀਂ ਹੂੰ ਮੈਂ। ਉਹ ਤੇਰੀ ਜ਼ਿਆਦਾ ਜ਼ਬਾਨ ਨਹੀਂ ਚੱਲ ਰਹੀ ਹੈ। ਯਤੀਮ ਮਸਕੀਨ ਹੂੰ, ਉਹ ਮੇਰਾ ਕੋਈ ਕਸੂਰ ਨਹੀਂ ਹੈ, ਸਭ ਮੇ ਤੇਰੇ ਭਾਈ ਦਾ ਮੁਰਾਦ। ਚੁੱਪ ਕਰ ਜਾ, ਜਿਉਂਦਾ ਰਹੇ ਉਹਦਾ ਭਾਈ, ਲੜੀ ਜਾਣ ਡਏ ਹੋ ਤੁਸੀਂ। ਅਬ ਆ ਗਏ ਹੋ ਤਾਂ ਫਿਰ ਇਸੀ ਘਰ ਮੇ ਰਹਿਣਾ ਹੈ ਕਿ ਔਰ ਕਹਾਂ ਜਾਣਾ ਹੈ, ਰਹੋ। सीधे मैं कहता हूँ, ये नुकसान होता है जल्दी में किए गए फैसलों का। आज शादी हुई, दो दिन में ही पता लग जाता है कि एक दूसरे के लिए बने ही नहीं। वो ऐसे रिश्तों को घसीट के चलाने से बेहतर है कि भैया खाना खाने, ठंडा हो रहा है।